ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ। ਵੈਲਕਮ ਟੂ ਅਨਦਰ ਵਲੋਗ। ਕਰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼। ਅੱਜ ਹੀ ਸ਼ਾਮ ਦਾ ਟਾਈਮ ਆ, ਸ਼ਾਮ ਦੇ ਤਕਰੀਬਨ 3 ਵਜੇ ਆ। ਆਏ ਸੀਗੇ ਪਾਣੀ ਲੈਣ ਅਲੀ ਹਜ਼ਰ ਅਤੇ ਮੈਂ, ਅਤੇ ਇੱਥੇ ਮੌਸਮ ਬੜਾ ਅੱਛਾ ਹੋ ਗਿਆ, ਬੱਦਲ ਅਤੇ ਹਨੇਰੀ ਕਾਫੀ ਤੇਜ਼ ਆ ਰਹੀ ਆ, ਅਤੇ ਬਾਰਿਸ਼ ਵਾਲਾ ਮੌਸਮ ਹੋਇਆ ਪਿਆ ਵਾ। ਅਤੇ ਮੈਂ ਕਿਹਾ ਚਲੋ ਵਲੋਗ ਸਟਾਰਟ ਕਰਦੇ, ਨਾਲੇ ਅੱਜ ਦੋਸਤ ਨੂੰ ਆਪਾਂ ਨੇ ਇੱਕ ਦੋਸਤ ਨੂੰ ਲੈ ਕੇ ਜਾਣਾ ਇਸਲਾਮਾਬਾਦ, ਸੋਰੀ ਤੁਹਾਨੂੰ ਜੀ ਟੀ ਐਸ ਚੱਲਿਆ ਜਾਣਾ, ਉਹਨੇ ਜਾਣਾ ਇਸਲਾਮਾਬਾਦ, ਅਤੇ ਉਹ ਵੀ ਸ਼ਹਿਰ ਜਾਣਾ, ਉਹਦਾ ਵੀ ਵਲੋਗ ਬਣਾਉਂਗੇ ਅੱਜ। ਅਤੇ ਬਾਕੀ ਬਾਰਿਸ਼ ਵਾਲਾ ਮੌਸਮ ਆ, ਕਾਫੀ ਅੱਛਾ ਬਣਿਆ। ਚੈਨਲ 'ਤੇ ਜਿਹੜੇ ਦੋਸਤ ਨਵੇਂ, ਗੁਜ਼ਾਰਿਸ਼ ਆ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਬਾਕੀ ਬਾਰਿਸ਼ ਹੋਣ ਲੱਗ ਪਈ ਆ ਇੱਥੇ, ਜਿੱਥੋਂ ਪਾਣੀ ਭਰਨ ਆਏ ਆ ਨਾ, ਪਹਿਲੇ ਚੱਲੇ ਸੀ ਅੱਗੇ ਰੜੇ ਵਾਲੇ ਨਲਕੇ 'ਤੇ ਪਾਣੀ ਭਰਨ, ਲੇਕਿਨ ਉੱਥੇ ਫਿਰ ਨਹੀਂ ਗਏ ਕਿਉਂਕਿ ਮੈਂ ਕਿਹਾ ਜੇ ਬਾਰਿਸ਼ ਆ ਗਈ ਨਾ ਤਾਂ ਕੰਮ ਖਰਾਬ ਹੋਣਾ। ਇੱਥੇ ਇੱਕ ਘਰ ਆਇਆ ਹੈਗਾ ਕੋਠਾ, ਉੱਥੇ ਚਲੋ ਬਹਿ ਜਾਵਾਂਗੇ। ਉਹ ਸਾਹਮਣੇ ਪਾਣੀ ਨਾ ਪਾਣੀ ਭਰਨ ਜੀ, ਕਿੰਨੀ ਕੁ ਭਰ ਹੋ ਗਈ ਜੀ। ਬਾਕੀ ਮੈਂ ਕਿਹਾ ਇੱਥੇ ਆਹ ਕੋਠਾ ਹੱਥ ਗਿਆ, ਜੇ ਬਾਰਿਸ਼ ਆ ਗਈ ਬਾਕੀ ਤੁਰ ਚਲੋ ਬੰਦਾ ਇੱਥੇ ਰੁਕ ਜਾਂਦਾ ਵਾ। ਅਤੇ ਬਾਕੀ ਸਬਸਕ੍ਰਾਈਬ ਕਰ ਦਿਓ, ਜੇ ਬਾਰਿਸ਼ ਪੈ ਕੇ ਹਟ ਗਈ ਅਤੇ ਫਿਰ ਆਪਾਂ ਜਾਵਾਂਗੇ ਦੋਸਤਾਂ ਦੇ ਨਾਲ ਉਹਨੂੰ ਇਸਲਾਮਾਬਾਦ ਛੱਡਣ, ਸੋਰੀ ਜੀ ਟੀ ਐਸ। ਨਾਲ ਅਰਮਾਨ ਨੇ ਵੀ ਜਾਣਾ, ਉਮਰ ਨੇ ਬੇਸਿਕਲੀ ਜਾਣਾ, ਉਹਨੇ ਆਪਣੇ ਕੰਨ ਦਾ ਇਲਾਜ ਕਰਾਉਣ ਜਾਣਾ। ਤੁਸੀਂ ਇੱਕ ਵਲੋਗ 'ਚ ਦੇਖਿਆ ਉਹਨਾਂ ਦਾ ਹਸਪਤਾਲ ਨਾ ਇਲਾਜ ਕਰਾਉਣ ਗਏ ਸੀਗੇ, ਅਤੇ ਲੇਕਿਨ ਉਹਨੇ ਹੁਣ ਇਸਲਾਮਾਬਾਦ ਜਾਣਾ ਵਾ, ਉੱਥੇ ਹਸਪਤਾਲ 'ਚ ਉਹਨੇ ਆਪਣਾ ਇਲਾਜ ਕਰਾਉਣਾ ਵਾ। ਬਸ ਕਰ ਭਰ ਗਈ ਆ, ਭਰ ਗਈ ਆ, ਬਹੁਤਾ ਜੋਸ਼ ਆ ਗਿਆ ਹੈ। ਭਰਦੇ ਹਾਂ ਜੀ, ਚੱਲਦੇ ਹਾਂ ਸਿੱਧਾ ਘਰ ਨੂੰ। ਕਾਫੀ ਜ਼ਿਆਦਾ ਗਰਮੀ ਤਾਂ ਹਬਾ ਸੀਗੀ, ਲੇਕਿਨ ਹੁਣ ਮੌਸਮ ਬਿਲਕੁਲ ਠੀਕ ਹੋ ਗਿਆ। ਬਾਕੀ ਜੀ ਹੁਣ ਬੱਦਲ ਆ ਚੁੱਕਿਆ ਤੇ ਬਾਰਿਸ਼ ਸਟਾਰਟ ਹੋ ਗਈ ਵਾਵਾ, ਤੇ ਬਾਕੀ ਆਹ ਬੰਦਾ ਕਹਿ ਰਿਹਾ ਕਿ ਆਇਆ ਨਹਾਉਣ ਚੱਲੀਏ, ਮੂੰਹ ਘੁਮਾ ਲਿਆ। ਤੇ ਬੱਦਲ ਹੁਣ ਏਡਾ ਆ ਤਾਂ ਗਿਆ ਸ਼ਹਿਰ ਵੱਲ, ਵਾਵਾ ਬਾਰਿਸ਼ ਹੋ ਰਹੀ ਹੈ, ਲੇਕਿਨ ਇੱਥੇ ਥੋੜ੍ਹੀ ਆ, ਦੋਸਤ ਦੀ ਕਾਲ ਹੈ ਸੀ ਸ਼ਹਿਰੋਂ, ਉੱਧਰ ਬਹੁਤ ਹੋਣ ਡਈ ਬਾਰਿਸ਼, ਆਪਣੇ ਵਾਲੇ ਇਲਾਕੇ 'ਚ ਥੋੜ੍ਹੀ ਆ, ਘੱਟ ਹੈ ਜੀ ਉੱਥੇ ਪਾਣੀ ਜਾਂਦਾ ਜੀ। ਬਾਕੀ ਜੀ ਬਾਰਿਸ਼ ਹੁਣ ਹੋ ਗਈ ਤੇਜ਼, ਅਤੇ ਦੋਸਤ ਦੇ ਨਾਲ ਜਾਂਦੇ ਹਾਂ ਪੁਲ 'ਤੇ ਨਹਾਉਣ, ਕਜ਼ਨ ਆ ਨਾਲ, ਅਤੇ ਚਲੋ ਉਹਨੂੰ ਜੀ ਟੀ ਐਸ ਛੱਡਣ ਜਾਣਾ ਸੀ ਕਜ਼ਨ ਨੂੰ, ਉਹਨੂੰ ਹੁਣ ਤਾਂ ਹੀ ਛੱਡਣ ਜਾਣਾ ਵਾ ਜਦੋਂ ਬਾਰਿਸ਼ ਰੁਕ ਗਈ। ਮੈਂ ਕਿਹਾ ਚਲੋ ਉਨਾ ਚਿਰ ਆਪਾਂ ਪੁਲ 'ਤੇ ਹੋ ਕੇ ਹੁੰਦੇ ਹਾਂ, ਠੰਡੇ ਹੋ ਕੇ ਹੁੰਦੇ, ਗਰਮੀ ਬਹੁਤ ਜ਼ਿਆਦਾ ਵਾ, ਉਮਰ ਨੂੰ ਛੱਡਣ। ਅੱਜ ਬਾਰਿਸ਼ ਥੋੜ੍ਹੀ ਕੁ ਮੱਠੀ ਆ ਪਿਛਲੀ ਵਾਰੀ ਨਾਲੋਂ, ਪਿਛਲੀ ਵਾਰੀ ਬਾਰਿਸ਼ ਤੇਜ਼ ਸੀਗੀ, ਲੇਕਿਨ ਐਤਕੀ ਕੰਮ ਪੂਰਾ ਸਾਰਾ ਹੀ। ਸ਼ਹਿਰ ਵੱਲ ਬਹੁਤ ਜ਼ਿਆਦਾ ਬਾਰਿਸ਼ ਹੋ ਗਈ, ਪਰ ਤਾਂ ਵੀ ਠੀਕ ਆ, ਗੁਜ਼ਾਰੇ ਜੋਗੀ ਬਾਰਿਸ਼ ਹੋਈ ਜਾ ਰਹੀ ਹੈ। ਸ਼ਾਰੇ ਕੀ ਬੰਦ ਕਰ ਲਾ ਮਾਮਾ, ਲੈਟਾਂ ਏਦਾਂ ਏਦਾਂ ਕਰਨੀਆਂ, ਕਹਿੰਦਾ ਸ਼ਾਰੇ ਬੰਦ ਕਰ ਲਾ, ਸ਼ਾਰੇ ਏਦਾਂ ਨੀ ਨਾ ਕਹਿਣਾ। ਸਿਰ ਤੇ ਛਾਪਰ ਕਾਹ ਤੂੰ ਲਿਆ, ਸਿਰ ਚ ਜੂਆਂ ਪਈਆਂ।
ਦੇਸੀ ਟੋਪੀ ਲਈ ਹੋਈ ਆ, ਵਾਲ ਗਿੱਲੇ ਹੁੰਦੇ ਆ, ਪੰਪ ਵੀ ਰੱਖਿਆ ਜੀ ਇਸ ਬੰਦੇ ਨੇ, ਇਹ ਕਾਹਦੂ ਪਈ ਰੱਖਿਆ ਪਾਣੀ ਮੁੱਕੀ ਹੋ ਗਈ, ਬਸ ਪਿੰਚਰ ਹੋ ਗਿਆ, ਇਹਦੇ ਰੱਖਣ ਦਾ ਫਾਇਦਾ ਹਵਾ ਜ਼ਿਆਦਾ ਭਰਤੀ ਸੀ, ਬਸ ਠੀਕ ਆ ਨਿਕਲੀ ਜਾਂਦੀ, ਫਿਰ ਤੈਨੂੰ ਰੱਖਣ ਦਾ ਫਾਇਦਾ, ਚੱਲ ਲੈ ਕੇ ਘਰ ਨੂੰ ਫਟਾਫਟ ਪਹੁੰਚ, ਖੜਾ ਰਹਿ ਹੁਣ ਲੱਗਣ ਲੱਗ ਪਈ ਹਵਾ ਚੱਲ ਰਹੀ ਆ। ਜੀ ਬਾਰਿਸ਼ ਹੁਣ ਬਹੁਤੀ ਸਪੀਡ ਨਾਲ ਆਈ, ਆਪਾਂ ਪੁੱਲ ਤੋਂ ਉੱਤੂ ਹੋ ਕੇ ਆ ਗਏ ਹਾਂ, ਤਸੱਲੀ ਨਾਲ ਨਹਾਉਣ ਹੋ ਗਏ, ਲੇਕਿਨ ਅੱਜ ਬਾਰਿਸ਼ ਜ਼ਿਆਦਾ ਦੇਰ ਤੱਕ ਹੋ ਰਹੀ ਆ, ਰੁਕਣ ਡਈ ਨਹੀਂ ਹੈਗੀ, ਹਜੇ ਵੀ ਕਾਫੀ ਹੋਈ ਜਾ ਰਹੀ ਹੈ, ਦਸ ਪੌਣਾ ਘੰਟਾ ਤੋਂ ਢਾਈ ਆਪਾਂ ਦੇ ਪੁੱਲ ਤੋਂ ਹੋ ਕੇ ਆ ਗਏ ਹਾਂ, ਬਾਕੀ ਠੰਡ ਲੱਗਣ ਲੱਗ ਪਈ ਹੈ, ਕਹਿੰਦੇ ਚਲੀਏ ਤੈਨੂੰ ਵੇਖੋ ਹੱਥ ਕਿੱਦਾਂ ਬੰਨੇ ਇਹਨਾਂ ਨੇ, ਕਿਦਾਂ ਨਮਾਜ਼ ਨਹੀਂ ਪਈ ਹੁੰਦੀ ਹੈ, ਬਾਕੀ ਚੱਲਦੇ ਸਿੱਧਾ ਘਰ ਨੂੰ, ਜਦੋਂ ਰੋਕੀ ਹੋਊਗੀ ਫਿਰ ਦੇਖਾਂਗੇ ਬਾਕੀ ਦੀ ਕੀ ਸੋਚਦੇ। ਹੈਲੋ ਕਰਦੇ, ਹੈਲੋ ਇੱਦਾਂ ਕਰਦੇ ਅੰਗੂਠਾ, ਹੈਲੋ ਇੱਦਾਂ, ਕਿ ਮੈਂ ਮੀਂਹ ਚ ਨਹਾਉਣ ਡਿਆ, ਕਿ ਮੈਂ ਮੀਂਹ ਚ ਨਹਾਉਣ ਡਿਆ, ਉਹ ਤੂੰ ਪਰੇ ਹੋ, ਕਿ ਮੈਂ ਮੀਂਹ ਚ ਨਹਾਉਣ ਡਿਆ, ਉਹ ਕਿ ਮੈਂ ਮੀਂਹ ਚ ਨਹਾਉਣ ਡਿਆ, ਲੈ ਮੀਂਹ ਚ ਨਹਾਉਣ ਡਿਆ, ਆਵਾਜ਼ ਵੀ ਨਹੀਂ ਨਿਕਲ, ਬਾਰਿਸ਼ ਵਾਹਵਾ ਦੇਰ ਦੀ ਹੋ ਰਹੀ ਹੈ, ਹਜੇ ਤੱਕ ਨਹੀਂ ਰੁਕਣ ਡਈ ਹੈਗੀ, ਤਕਰੀਬਨ ਘੰਟਾ ਡੇਢ ਹੋ ਗਿਆ ਬਾਰਿਸ਼ ਪੈਂਦੀ ਨੂੰ, ਤੇ ਲਗਾਤਾਰ ਬਾਰਿਸ਼ ਹੋਈ ਜਾ ਰਹੀ ਆ, ਬੰਦੇ ਨੂੰ ਕੈਮਰੇ ਬਹੁਤ ਸ਼ੌਕ ਆ, ਬਹੁਤ ਸ਼ੌਕ ਆ। ਇੱਥੇ ਜੀ ਸ਼ਾਮ ਦਾ ਟਾਈਮ ਆ, ਪੁੱਲ ਤੇ ਆਏ ਆ, ਬਾਰਿਸ਼ ਹੋ ਕੇ ਹਟੀ ਆ, ਤੇ ਬਹੁਤ ਹੀ ਅੱਛਾ ਮੌਸਮ ਹੋਇਆ, ਇੱਧਰਲੀ ਸਾਈਡ ਦੇ ਬੱਦਲ ਹੀ ਬੱਦਲ ਹੋਏ ਆ, ਇੱਧਰੋਂ ਜਿੱਧਰ ਸੁਬਹਾ ਦੇ ਟਾਈਮ ਸੂਰਜ ਨਿਕਲਦਾ ਉੱਧਰਲੀ ਸਾਈਡ ਤੋਂ ਮੌਸਮ ਚੈੱਕ ਕਰੋ ਕਿੰਨਾ ਵਧੀਆ ਹੋਇਆ ਵਾ, ਬਾਕੀ ਹੁਣ ਦੋਸਤ ਨੇ ਆਪਣੇ ਨੇ ਜਾਣਾ ਸੀਗਾ ਇਸਲਾਮਾਬਾਦ, ਹੁਣ ਸੁਬਹਾ ਨੂੰ ਪ੍ਰੋਗਰਾਮ ਹੋ ਗਿਆ, ਕਹਿੰਦਾ ਹੁਣ ਸੁਬਹਾ ਨੂੰ ਜਾਵਾਂਗੇ, ਇਸ ਟਾਈਮ 'ਤੇ ਲੇਟ ਹੋ ਗਏ ਹਾਂ, ਟਰੈਕਟਰ ਵੀ ਲੈ ਕੇ ਜਾਣਾ ਸੀਗਾ ਰਾਹ 'ਚ ਇੱਕ ਬੰਦੇ ਦਾ, ਅਤੇ ਉਹਨੂੰ ਦੇ ਦੇਣਾ, ਤਾਂ ਬਾਅਦ 'ਚ ਮੋਟਰਸਾਈਕਲ 'ਤੇ ਆਪਾਂ ਅੱਗੇ ਜਾਣਾ GTS, ਉਹਨੂੰ ਚੜ੍ਹਾ ਕੇ ਸੁਬਹਾ ਨੂੰ ਆਵਾਂਗੇ, ਹੁਣ ਅਲੀ ਹੈਦਰ ਗਿਆ ਅਬੂ ਉਹਨਾਂ ਨੂੰ ਮੋਟਰਸਾਈਕਲ ਦੇਣ, ਮੈਂ ਇੱਥੇ ਉੱਤਰ ਗਿਆ, ਉਹ ਮੋਟਰਸਾਈਕਲ ਦੇ ਕੇ ਨਹੀਂ ਗਿਆ, ਉਹ ਸਾਹਮਣੇ, ਬਾਕੀ ਮੌਸਮ ਬਹੁਤ ਆਲਾ ਹੋ ਗਿਆ ਵਾ, ਇੰਜੋਏ ਕਰੋ ਮੌਸਮ ਬੈਠ ਕੇ। ਇੱਥੇ ਜੀ ਮਰੱਬਿਓਂ ਹੋ ਕੇ ਆਏ ਹਾਂ, ਮੋਟਰਸਾਈਕਲ ਦੇ ਕੇ ਆਏ, ਅਤੇ ਬਾਰਿਸ਼ ਨਾ ਫਿਰ ਸਟਾਰਟ ਹੋ ਗਈ ਆ ਆਸਤਾ ਆਸਤਾ, ਇੱਧਰਲੀ ਸਾਈਡ 'ਤੇ ਤਾਂ ਬੱਦਲ ਕੋਈ ਨਹੀਂ, ਲੇਕਿਨ ਇੱਧਰਲੀ ਸਾਈਡ 'ਤੇ ਬੱਦਲ ਬਹੁਤ ਜ਼ਿਆਦਾ ਵਾ, ਅਤੇ ਬਾਰਿਸ਼ ਹਲਕੀ ਹਲਕੀ ਫਿਰ ਸਟਾਰਟ ਹੋ ਗਈ ਹੈ, ਪਿੱਛੇ ਵੀਡੀਓ 'ਚ ਤਾਂ ਐਡੀ ਨਜ਼ਰ ਨਹੀਂ ਆਉਣੀ ਹੈਗੀ, ਲੋ ਦੇਖਦੇ ਹਾਂ ਬਾਕੀ ਸੁਬਹਾ ਨੂੰ ਕੀ ਸੂਰਤ ਆ। ਬਾਕੀ ਜੀ ਬਾਰਿਸ਼ ਹੋ ਰਹੀ ਆ ਕਾਫੀ ਤੇਜ਼, ਅਤੇ ਮੈਂ ਤਾਂ ਹਲੇ ਉਧਰ ਮੋਟਰਸਾਈਕਲ ਲੈਣ ਜਾਣੇ ਸਾਹਮਣੇ, ਰਾਤ ਦੇ 12 ਕਿਹੜੇ ਵਜੇ, ਬਾਰਿਸ਼ ਹੋ ਰਹੀ ਆ ਫੁੱਲ ਤੇਜ਼, ਬਾਰਿਸ਼ ਹਟਣ ਦਾ ਨਾਂ ਹੀ ਨਹੀਂ ਲੈ ਰਹੀ। ਬਾਕੀ ਜੀ ਦੋਸਤ ਦੇ ਨਾਲ ਆਏ ਚੱਕਰ ਸੱਦਣ ਇਸਲਾਮਾਬਾਦ, GTS ਚੜ੍ਹਾਉਣ ਜਾਣਾ, ਅਤੇ ਟਰੈਕਟਰ ਲੈ ਕੇ ਜਾ ਰਹੇ, ਟਰੈਕਟਰ ਦੇ ਚੱਲਾਂ, ਬਾਕੀ ਉਹ ਤਿਆਰ ਹੋ ਗਿਆ, ਟਰੈਕਟਰ ਲਿਆ ਕੇ ਆਪਾਂ ਇੱਥੇ ਜਿਨ੍ਹਾਂ ਦਾ ਸਿਗਾ ਖੜਾ ਕਰਤਾ, ਹੁਣ ਬੈਗ ਲਾਉਣਾ ਵਾ, ਬੈਗ ਲਾ ਕੇ ਅਤੇ ਉਹ ਅਰਮਾਨ ਮੋਟਰਸਾਈਕਲ 'ਤੇ ਸਾਹਮਣੇ,
ਬਾਕੀ ਚੱਲਦੇ ਹਾਂ ਇਹਨੂੰ ਜੀ ਟੀ ਐਸ ਲਾ ਕੇ ਆਉਣਾ ਵਾ ਦੋਸਤ ਨੂੰ ਅਤੇ ਜਾ ਰਿਹਾ ਇਸਲਾਮਾਬਾਦ ਕਿਸੇ ਦੋਸਤਾਂ ਦੇ ਨਾਲ ਆਏ ਹਾਂ ਪੀਜ਼ਾ ਖਾਣ ਫਿਰ ਕਹਿੰਦੇ ਪੀਜ਼ਾ ਪਹਿਲੂ ਖਾਣਾ ਆ ਟਾਈਮ ਕੀ ਹੋ ਗਿਆ ਤੁਹਾਨੂੰ ਦੱਸਦੇ ਹਾਂ ਟਾਈਮ 5:05 ਹੋਏ ਆ 30 ਤਰੀਕ ਅੱਜ ਬਾਕੀ ਫੋਟੋ ਸ਼ੂਟ ਹੋ ਰਿਹਾ ਵਾ ਚੈੱਕ ਕਰੋ ਘੰਟਾ ਹੋ ਗਿਆ ਕਿ ਸਾਨੂੰ ਬੈਠੇ ਹਾਂ ਅਤੇ ਹਜੇ ਤੱਕ ਸਾਡਾ ਪੀਜ਼ਾ ਨਹੀਂ ਆਇਆ ਹੈਗਾ ਉਧਰੋਂ ਇਹਦੀ ਬੱਸ ਦਾ ਟਾਈਮ ਹੋ ਗਿਆ ਵਾ ਉਹਨਾਂ ਦੇ ਅੱਗੇ ਗੁਜ਼ਾਰਿਸ਼ ਹੀ ਆ ਕਰਦੇ ਹਾਂ ਬਾਕੀ ਤੁਹਾਨੂੰ ਉਹਦਾ ਟਾਈਮ ਲਗਾਇਆ ਸੀ ਤਾਂ ਆਪਾਂ ਅਤੇ ਹੁਣ 5:21 ਹੋ ਗਏ 7 ਮਿੰਟ ਸੀਗੇ ਮੇਰੇ ਖਿਆਲ ਨਾਲ ਉਹ ਕਹਿ ਰਹੇ ਆਪਣਾ ਫੀਡਬੈਕ ਦੇ ਕੇ ਜਾਇਓ ਅਰਮਾਨ ਬਾਈ ਫੀਡਬੈਕ ਦੇ ਰਹੇ ਕੈਸਾ ਲੱਗਾ ਵੈਸੇ ਟੇਸਟ ਬਹੁਤ ਅੱਛਾ ਸੀਗਾ ਅਤੇ ਤਸਵੀਰ ਖਿੱਚ ਲਈ ਇਸ ਨੇ ਮੁੰਡੇ ਦੇ ਲਾਗੇ ਪਹੁੰਚ ਗਏ ਉੱਥੋਂ ਆਪਾਂ ਖਾਧਾ ਵਾ ਜੀ ਪੀਜ਼ਾ ਬਾਕੀ ਹੁਣ ਚੱਲਦੇ ਹਾਂ ਸਿੱਧਾ ਜੀ ਟੀ ਐਸ ਉੱਥੋਂ ਜਾ ਕੇ ਫਿਰ ਟਿਕਟ ਵਗੈਰਾ ਵੀ ਕਰਾਉਣੀ ਆ ਅਤੇ ਬਾਕੀ ਲੇਟ ਹੋ ਜਾ ਰਹੇ ਕਾਫੀ ਜ਼ਿਆਦਾ ਯਾਰ ਉਮਰ ਬੈਠ ਟਿਕਟ ਕਰਾ ਲਏ ਇਸਲਾਮਾਬਾਦ ਦੀ ਸਿੱਧੀ ਹੋਰ ਵੀ ਗੱਡੀਆਂ ਨਿਕਲਣ ਬਾਕੀ ਜੈਸੇ ਸ਼ੂਜ਼ ਮਿਲਦੇ ਆ ਬਾਅਦ ਮੈਂ ਜਾਂਦੇ ਹਾਂ ਘਰ ਕੀ ਤਰ੍ਹਾਂ ਇਹ ਵਾਲੇ ਸ਼ੂਜ਼ ਰਹਿੰਦੇ ਲੇਕਿਨ ਇੱਧਰ ਕਿਸੇ ਵੀ ਨਹੀਂ ਮਿਲਦੇ ਆਪ ਦੇਖ ਸਕਦੇ ਹੋ ਵਾਸਤੇ ਕਾਫੀ ਅੱਛੇ ਅੱਛੇ ਸ਼ੂਜ਼ ਪੜੇ ਹੋਏ ਹੈ ਲੇਕਿਨ ਜੋ ਹਮੇ ਚਾਹੀਏ ਉਹ ਨਹੀਂ ਹਮੇ ਮਿਲਦੇ ਉਹ ਸਾਹਮਣੇ ਮੁੰਡੇ ਵੀ ਆਪਣਾ ਵਲੌਗ ਬਣਾਉਣ ਡੇ ਉਹ ਸ਼ਹਿਰ ਆ ਗਏ ਥੋੜੀ ਕਿ ਸ਼ਹਿਰਾਂ ਵਾਲੀ ਚੀਜ਼ਾਂ ਬਾਕੀ ਹੁਣ ਚੱਲਦੇ ਸਿੱਧਾ ਘਰ ਨੂੰ ਅਤੇ ਹੋਰ ਕਿਤੇ ਇਹਨੂੰ ਲੈ ਕੇ ਦੇਣੇ ਹੋਏ ਤਾਂ ਦੇਖ ਲਵਾਂਗੇ ਚੱਲ ਇੱਥੋਂ ਦੇਖ ਲੈਂਦੇ ਹਾਂ ਉਹ ਪਿੰਕ ਤੇਰੇ ਲਈ ਬੈਸਟ ਲੈਣੇ ਚਕੋਰ ਰੋਡ ਦੇ ਉੱਤੇ ਆ ਪਠਾਣਾ ਦੀ ਮਾਰਕੀਟ ਛੋਟੀ ਹੈ ਸਾਰੇ ਚਮਨ ਬਾਰਡਰ ਤੋਂ ਇੰਪੋਰਟ ਕਰਕੇ ਲੈ ਕੇ ਆਉਂਦੇ ਬਾਕੀ ਇੱਥੇ ਏ ਟੀ ਐਮ 'ਚ ਮੁੰਡਾ ਲੱਗਾ ਪੈਸੇ ਕਢਾਉਣ ਰੁਪਿਆ ਲੱਖ ਰੁਪਿਆ ਕਢਾਉਣਾ ਜ਼ਿਆਦਾ ਨਹੀਂ ਕਢਾਉਣੇ ਹੈਗੇ ਕਿਉਂਕਿ ਜੇਬੀਆਂ ਇੰਨੀਆਂ ਕੋਈ ਨਹੀਂ ਹੈਗੀਆਂ ਆਪਣੇ ਕੋਲ ਚੈੱਕ ਕਰੋ ਬਿਲਡਿੰਗ ਕਿਹੜੀ ਬਣੀ
ਚਲੋ ਬਾਹਰ ਗਰਮੀ ਬਹੁਤ, ਅੰਦਰ ਜਾ ਕੇ ਥੋੜੀ ਹਵਾ ਆਈ ਜਾਂਦਾ। ਪੇਟੀਐਮ ਕਰਦੇ ਆ ਜੀ ਭਾਈ ਜੀ? ਅੱਛਾ ਪੇਟੀਐਮ। ਚਲੋ ਆਹੋ ਇੱਥੇ ਪਿੰਨ ਕੋਡ ਲਾਉਣੀ ਹੋਵੇ ਆਪਾਂ ਉੱਥੋਂ ਬੰਦ ਕਰ ਦਿਆਂਗੇ। ਪੈਸੇ ਆ ਗਏ ਪਰ ਤੁਹਾਨੂੰ ਦਿਖਾਉਣੇ ਨਹੀਂ ਹੈਗੇ, ਕੁਛ ਜ਼ਿਆਦਾ ਹੀ ਪੈਸੇ ਆ ਗਏ ਆ। ਬੇੜਾ ਦੁਬਾਰਾ ਪੇ ਨਾ ਹੋ ਜਾਣ, ਰੁਪਿਆ 1000 ਕਢਾਇਆ ਉਹਨੇ ਵੀ, ਹੁਣ ਗਿਣਤੀ ਮਾਰ ਕੇ ਕੱਢਿਆ। ਪਿੱਛੇ ਮੈਸੇਜ ਆਇਆ ਕੋਈ ਕਿ ਨਹੀਂ ਆ ਗਿਆ, ਹੁਣ ਉਸੇ ਟਾਈਮ ਆ ਜਾਂਦਾ ਮੈਸੇਜ। ਬਾਕੀ ਜੀ ਥੋੜ੍ਹੀ ਸ਼ੋਪਿੰਗ ਕਰਨੀ ਸੀ ਕਿ ਲੇਕਿਨ ਉਹ ਨਹੀਂ ਹੋਈ ਹੈਗੀ ਆਪਣੇ, ਕਿਉਂਕਿ ਸ਼ੂਜ਼ ਲੈਣੇ ਸੀਗੇ, ਸ਼ੂਜ਼ ਮਹਿੰਗੇ ਬਹੁਤ ਆ ਹਰ ਪਾਸੇ।